ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਆਪਾਂ ਜਨਰਲ ਪੰਜਾਬੀ ਦਾ ਜਿਹੜੀ ਕਿ ਫਾਈਨਲ ਐਗਜ਼ਾਮ ਸਾਲਾਨਾ ਪ੍ਰੀਖਿਆ ਪ੍ਰੀਵੀਅਸ ਐਗਜ਼ਾਮ ਹੈ ਇਹ ਸਾਲਾਨਾ ਪ੍ਰੀਖਿਆ ਪ੍ਰੀਵੀਅਸ ਐਗਜ਼ਾਮ ਆਪਾਂ ਇਸ ਦੇ ਕੁਸ਼ਨ ਆਨਸਰ ਦੇਖਾਂਗੇ ਜਿਸ ਤੋਂ ਤੁਹਾਨੂੰ ਆਈਡੀਆ ਹੋ ਜਾਣਾ ਕਿ ਕਿਹੜੇ-ਕਿਹੜੇ ਕੁਐਸਚਨਸ ਜਿਹੜੇ ਕਿ ਇੰਪੋਰਟੈਂਟ ਨੇ ਤੇ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਕਿਹੜੇ-ਕਿਹੜੇ ਆਏ ਹੋਏ ਨੇ ਤੇ ਇਹ ਵੀਡੀਓ ਪਹਿਲਾਂ ਵੀ ਅਪਲੋਡ ਕੀਤੀ ਸੀ ਬਟ ਉਹਦੇ ਵਿੱਚ ਕੁਝ ਮਿਸਟੇਕ ਹੋਣ ਕਰਕੇ ਉਹਨੂੰ ਪ੍ਰਾਈਵੇਟ ਕਰ ਦਿੱਤਾ ਗਿਆ ਵੀਡੀਓ ਨੂੰ ਦਨ ਆਪਾਂ ਇਹ ਦੁਬਾਰਾ ਵੀਡੀਓ ਬ ਵਸਤੂ ਨਿਸ਼ਟ ਕੁਐਸਚਨ ਨੇ ਪਹਿਲਾਂ ਇਹ ਜਿਹੜੇ ਕਿ 1-1 ਮਾਰਕਸ ਤੋਂ ਹੁੰਦੇ ਸੀ ਹੁਣ ਇਹ 2 ਮਾਰਕਸ ਦੇ ਨੇ ਸੋ ਡਾਕਟਰ ਐਸ ਐਸ ਬੰਜਾਰਾ 베ਦੀ ਦਾ ਕਿਹੜਾ ਲਿਖਿਆ ਲੇਖ ਪੰਜਾਬੀ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਹੈ ਤਾਂ ਡਾਕਟਰ ਐਸ ਐਸ ਬੰਜਾਰਾ 베ਦੀ ਦਾ ਤੇ ਇਹਦਾ ਜਿਹੜਾ ਕਿ ਲੇਖ ਹੈਗਾ ਉਹ ਪੰਜਾਬ ਦੇ ਮੇਲੇ ਤੇ ਤਿਹਾਰਾ ਪੰਜਾਬ ਦੇ ਮੇਲੇ ਤੇ ਤਿਹਾਰ ਤੇ ਕਈ ਵਾਰ ਜਿਹੜੀ ਕਿ ਗੜਬੜ ਹੋ ਜਾਂਦੀ ਆ ਪੰਜਾਬ ਦੇ ਮੇਲੇ ਤੇ ਤਿਹਾਰ ਉਹ ਤਾਂ ਕਰਕੇ ਕਿਉਂਕਿ ਬਹੁਤ ਸਾਰੇ ਵੀਡੀਓਜ਼ ਦਾ ਮਟੀਰੀਅਲ ਜਿਹੜੇ ਕਿ ਤਿਆਰ ਕਰ ਰਹੇ ਹਾਂ ਅਸੀਂ ਤਾਂ ਕਰਕੇ ਮਾਈਂਡ ਜਿਹੜੀ ਕਿ ਕਨਫਿਊਜ਼ ਹੋ ਜਾਂਦਾ। ਥੈਟ ਇਜ਼ ਵੇ ਇੱਕ ਤਰ ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ। ਹਾਂਜੀ ਇਸ ਵੀਡੀਓ ਦੇ ਵਿੱਚ ਆਪਾਂ ਸਟੂਡੈਂਟਸ 12th ਕਲਾਸ ਦੇ ਪੰਜਾਬੀ ਲਾਜ਼ਮੀ ਦੇ ਲਈ ਪ੍ਰੀਵੀਅਸ ਐਗਜ਼ਾਮ ਜਿਹੜੇ ਕਿ ਜੋ ਬੋਰਡ ਵੱਲੋਂ ਆਇਆ ਹੋਇਆ ਸੀ ਐਗਜ਼ਾਮ ਪ੍ਰੀਵੀਅਸ ਐਗਜ਼ਾਮ ਪ੍ਰੀਵੀਅਸ ਜਿਹੜੇ ਕਿ ਐਗਜ਼ਾਮ ਦੇਖ ਰਹੇ ਹਾਂ ਆਪਾਂ। ਤਾਂ ਕਿ ਤੁਹਾਨੂੰ ਜਿਹੜੇ ਕਿ ਇੰਪੋਰਟੈਂਟ ਕੁਐਸ਼ਨਸ ਪਤਾ ਲੱਗ ਜਾਣ ਇਹ ਪ੍ਰੀਵੀਅਸ ਇਗਜ਼ਾਮ ਆ ਸਟੂਡੈਂਟਸ ਸੋ ਇਹਦੇ ਆਨਸਰਸ ਵੀ ਕਰਾਂਗੇ ਹਾਂਜੀ ਪ੍ਰੀਵੀਅਸ ਇਗਜ਼ਾਮ ਜਿਹੜੇ ਕਿ ਇਹ ਸੋ ਵਸਤੁਨਿਸਟ ਕੁਐਸ਼ਨ ਪਹਿਲਾਂ ਇਹ 1 ਮਾਰਕਸ ਦੇ ਹੁੰਦੇ ਸੀ ਹੁਣ ਜਿਹੜੇ ਕਿ ਤੁਹਾਨੂੰ 2 2 ਮਾਰਕਸ ਦੇ ਕੁਐਸ਼ਨ ਨੇ ਇਹ ਸਾਰੇ ਤੇ ਪਹਿਲਾਂ ਇਹ ਹੁੰਦੇ ਵੀ ਘੱਟ ਸੀ ਤੇ ਹੁਣ ਤੁਹਾਨੂੰ ਜਿਹੜੇ ਕਿ 20 ਕੁਐਸ਼ਨਸ ਨੇ ਸੋ ਸਟਾਰਟ ਕਰਦੇ ਆ ਇਹਨਾਂ ਤੋਂ ਤੁਹਾਨੂੰ ਇੰਪੋਰਟੈਂਟ ਕੁਐਸਚਨਸ ਪਤਾ ਲੱਗ ਜਾਣਗੇ ਡਾਕਟਰ ਐਸਸ ਬੰਜਾਰਾ ਵੇਦੀ ਦਾ ਲਿਖਿਆ ਕਿਹੜਾ ਲੇਖ ਪੰਜਾਬੀ ਲਾਜ਼ਮੀ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਹੈ ਤਾਂ ਪੂਰੀ ਲੰਚ ਅਨਸਰ ਲਿਖਣਾ ਤਾਂ ਡਾਕਟਰ ਬੰਜਾਰਾ ਵੇਦੀ ਦਾ ਲਿਖਿਆ ਹੋਇਆ ਕਿਹੜਾ ਲੇਖ ਹੈ ਜਿਹੜੇ ਕਿ ਤੁਹਾਡੇ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਹੈ ਤੋਂ ਹੈਗਾ ਪੰਜਾਬ ਦੇ ਰਸਮਾਂ ਰਿਵਾਜ ਪੰਜਾਬ ਦੇ ਰਸਮਾਂ ਰਿਵਾਜ ਤੇ ਇੱਕ ਕਈ ਵਾਰ ਬੱਚੇ ਜਿਹੜੇ ਕੀ ਕਮੈਂਟ ਕਰ ਰਹੇ ਸੀ ਕੁਐਸਚਨਸ ਦੇ ਵੀ ਕਿਹੜਾ ਤਿਹਾਰ ਕੀਸਾ ਉਹਦੇ ਵਿੱਚ ਲੱਗਦਾ ਤੇ ਇੱਕ ਸ਼ਾਰਟ ਵੀਡੀਓ ਬਣਾਈ ਹੋਈ ਹੈ ਜਿਸ ਦੇ ਵਿੱਚ ਸਾਰੇ ਇੱਕ ਸਾਈਡ ਤੇ ਜਿਹੜੇ ਕੀ ਮੰਥਸ ਨੇਮ ਨੇ ਜਿਵੇਂ ਚੇਤ ਵਿਸਾਖ ਹੜ ਇਹ ਵਾਲੇ ਤੇ ਦੂਜੀ ਸਾਈਡ ਤੇ ਜਿਹੜੇ ਕੀ ਉਹਨਾਂ ਦੇ ਫੈਸਟੀਵਲਸ ਨੇ ਜਿਹੜੇ ਜਿਹੜੇ ਵੀ ਮਨਾਏ ਜਾਂਦੇ ਨੇ ਉਹਨਾਂ ਮਹੀਨਿਆਂ ਦੇ ਵਿੱਚ ਤੁਸੀਂ ਉਹਨੂੰ ਦੇਖ ਸਕਦੇ ਹੋ ਸ਼ਾਰਟ ਵੀਡੀਓ ਉਹ ਤੇ ਰੁੱਤਾਂ ਨੇ ਵੀ ਸਭ ਤੋਂ ਮਿੱਠੇ ਰੁੱਤ ਜਿਹੜੀ ਕੀ ਬਸੰਤ ਰੁੱਤ ਦੀ ਹੁੰਦੀ ਹੈ ਤੇ ਫੱਗਣ ਦੇ ਵਿੱਚ ਕਿਹੜਾ ਤਿਹਾਰ ਮਨਾਇਆ ਜਾਂਦਾ ਹੌਲੀ ਹੋਲੀ ਫੱਗਣ ਦੇ ਵਿੱਚ ਮਨਾਇਆ ਜਾਂਦਾ ਅਨੰਤਪੁਰ ਸਾਹਿਬ ਦੇ ਵਿੱਚ ਕਿਹੜਾ ਭਾਰੀ ਮੇਲਾ ਲੱਗਦਾ ਤਾਂ ਹੌਲਾ ਮਹਲਾ ਤੇ ਹੌਲਾ ਮਹਲਾ ਤੇ ਹੋਲੀ ਠੀਕ ਹੈ ਯਾਦ ਰੱਖਣਾ ਕਿਉਂਕਿ ਇਹ ਹੁਣ ਜਿਹੜੇ ਕਿ ਇਹ ਮੰਥ ਚੱਲ ਰਹੇ ਨੇ ਕਿ ਕਿਹ ਮੰਥ ਹੈ ਜਿਹੜੇ ਕਿ ਚੱਲ ਰਿਹਾ ਤੇ ਤੀਆਂ ਸਾਵਣ ਦੇ ਵਿੱਚ ਨੇ ਇਸ ਚੈਪਟਰ ਦੇ ਹੋਰ ਕੋਲ ਥੋੜੇ ਇੰਪੋਰਟੈਂਟ ਕੁਐਸਚਨ ਦੇਖਦੇ ਆਪਾਂ ਛਪਾਰ ਦਾ ਮੇਲਾ ਜਿਹੜਾ ਕਿ ਗੁੱਗੇ ਦੀ ਯਾਦ ਦੇ ਵਿੱਚ ਲੱਗਦਾ ਤੇ ਜਰਗ ਦਾ ਮੇਲਾ ਜਿਹੜਾ ਕਿ ਸੀਤਲਾ ਮਾਤਾ ਦੇਵੀ ਨੂੰ ਪਤੇਉਣ ਦੇ ਲਈ ਲੱਗਦਾ ਜਿਸ ਦੇ ਵਿੱਚ ਗੁਲਗਲੀਆਂ ਨੀਰਾ ਮੱਥਾ ਟੇਕਿਆ ਜਾਂਦਾ ਤੇ ਇਹ ਟੋਬੇ ਦੇ ਦਿਵਾਲੇ ਲੱਗਦੇ ਕਈ ਵਾਰ ਕੁਐਸਚਨ ਆ ਜਾਂਦਾ ਕਿ ਇਹ ਕਿੱਥੇ ਲੱਗਦਾ ਹੈ ਟੋਬੇ ਦੇ ਦਿਵਾਲੇ ਲੱਗਦੇ ਜਰਗ ਦਾ ਮੇਲਾ ਤੇ ਜਰਗ ਪਿੰਡ ਦੇ ਵਿੱਚ ਲੱਗਦਾ ਇਹ ਇਸ ਦਿਨ ਖੋਤਿਆਂ ਨੂੰ ਬਹੁਤ ਜ਼ਿਆਦਾ ਜਿਹੜੇ ਕਿ ਉਹਨਾਂ ਦਾ ਮਤਲਬ ਕਿ ਬਹੁਤ ਜ਼ਿਆਦਾ ਉਹਨਾਂ ਦੀ ਮੰਨਤਾ ਹੁੰਦੀ ਹੈ ਤੇ ਛਪਾਰ ਦਾ ਮੇਲਾ ਲੁਧਿਆਣੇ ਦੇ ਵਿੱਚ ਛਪਾਰ ਪਿੰਡ ਤੇ ਗੁੱਗੇ ਨਾਲ ਸੰਬੰਧਿਤ ਜਿਹੜਾ ਕਿ ਮੇਲਾ ਉਹ ਹੁੰਦਾ ਸਰਪ ਦੀ ਪੂਜਾ ਹੁੰਦੀ ਹੈ ਦੇ ਵਿੱਚ ਤੇ ਚਾਲੀ ਮੁਕਤੇ ਨਾਲ ਸੰਬੰਧਿਤ ਮੇਲਾ ਲੱਗਦਾ ਆਪਣਾ ਮੁਕਤਸਰ ਦੇ ਵਿੱਚ ਜਿਹੜੇ ਮੁਕਤਸਰ ਦਾ ਪੁਰਾਣਾ ਨਾਮ ਸੀ ਖੇਦਰਾਨਾ ਚਾਲੀ ਮੁਕਤੇ ਜਿਹੜੇ ਕਿ ਸ਼ਹੀਦ ਹੋਏ ਸੀ ਤੇ ਅਸੂ ਦੇ ਮਹੀਨੇ ਵਿੱਚ ਆਉਂਦਾ ਹੈ ਨਾ ਸ਼ਰਾਦ ਅਗਲਾ ਹੈ ਪੰਜਾਬ ਹਿਮਾਚਲ ਅਤੇ ਹਰਿਆਣਾ ਤੇ ਇੱਕ ਤੁਸੀਂ ਇਹ ਵੀ ਯਾਦ ਰੱਖਣਾ ਦੀਵਾਲੀ ਕਿਤੇ ਇਹ ਭੁੱਲ ਜਉ ਤਾਂ ਆਮ ਮੇਨ ਹੈ ਨਾ ਦੀਵਾਲੀ ਦੀਵਾਲੀ ਕੱਤਕ ਦੀ ਮੱਸੀਆਂ ਨੂੰ ਬਣਾਇਆ ਜਾਂਦਾ ਦੀਵਾਲੀ ਕੱਤਕ ਦੀ ਮੱਸੀਆਂ ਨੂੰ ਤੇ ਪੋਦੇ ਆਖਰੀ ਮਹੀਨੇ ਹੁੰਨਾਇਆ ਜਾਂਦਾ ਲੋਹੜੀ ਅਗਲਾ ਆਪਣਾ ਕੁਐਸਚਨ ਹੈ ਹਿਮਾਚਲ ਅਤੇ ਹਰਿਆਣਾ ਰਾਜ 1 ਨਵੰਬਰ 1969 ਨੂੰ ਹੋਣ ਦੇ ਵਿੱਚ ਆਇਆ ਠੀਕ ਜਾਂ ਗਲਤ ਤਾਂ ਇਹ ਗਲਤ ਹੈ ਕਿਉਂਕਿ 1 ਨਵੰਬਰ 1966 ਨੂੰ ਹੋਣ ਦੇ ਵਿੱਚ ਆਇਆ ਸੀ 1 ਨਵੰਬਰ 1966 ਅਗਰ 1 ਨਵੰਬਰ ਨੂੰ 66 ਹੁੰਦਾ ਫਿਰ ਆਪਣਾ ਠੀਕ ਜਾਂਦਾ ਨੈਕਸਟ ਹੈ ਮੋਢਲਾ ਮੁੱਖ ਸਾਰੇ ਸੰਸਕਰਨਾਂ ਦਾ ਆਰੰਭ ਕਰਨ ਸਮੇਂ ਦੇਗਵੀ ਤਾਕਤਾਂ ਨੂੰ ਕਿਉਂ ਰਜਾਉਂਦਾ ਸੀ ਕਿਦੇ ਕਰਕੇ ਕਿਉਂਕਿ ਭੈ ਦੇ ਕਰਕੇ ਡਰ ਦੇ ਕਾਰਨ ਭੈ ਤੇ ਡਰ ਦੇ ਕਾਰਨ ਇਹ ਜਿਹੜਾ ਕਿ ਆਪਣਾ ਫਸਟ ਸੈਕੰਡ ਕੁਐਸਚਨ ਸੀ ਇਹ ਆਪਣਾ ਪੰਜਾਬੀ ਸੱਭਿਆਚਾਰ ਜਿਹੜਾ ਚੈਪਟਰ ਹੈ ਡਾਕਟਰ ਬਰਿੰਦਰ ਕੌਰ ਦਾ ਉਹਦੇ ਵਿੱਚੋਂ ਸੀ ਤੇ ਇਹ ਵਾਲਾ ਜਿਹੜੇ ਕੀ ਆਪਣਾ ਹੈਗਾ ਤੇ ਇਹ ਜਿਹੜਾ ਕੁਐਸਚਨ ਹੈ ਇਹ ਆਪਣਾ ਹੈਗਾ ਪੰਜਾਬ ਦੇ ਰਸਮਾਰੀ ਆਵਾਜ਼ ਪੰਜਾਬ ਦੇ ਰਸਮਾਰੀ ਆਵਾਜ਼ ਜਿਹੜਾ ਗੁਲਜਾਰ ਸਿੰਘ ਸੰਧੂ ਦਾ ਲਿਖਿਆ ਹੋਇਆ ਹੈ ਰਾਈਟਰ ਨੇਮ ਜਰੂਰ ਯਾਦ ਕਰ ਲੈਣ ਕਿਉਂਕਿ ਇਹਨਾਂ ਦੇ ਵਿੱਚੋਂ ਤੁਹਾਨੂੰ 2 ਤੋਂ 3 ਕੁਐਸਚਨ ਆਉਣੇ ਨੇ ਪੱਕੀ ਤੇ ਇਸ ਦੇ ਚੈਪਟਰ ਦੇ ਵਿੱਚੋਂ ਪਾਣੀ ਕਿਸ ਦਾ ਚਿੰਨ੍ਹ ਪਾਣੀ ਸ਼ੁੱਧਤਾ ਦਾ ਚਿੰਨ੍ਹ ਹੈ ਪਾਣੀ ਸ਼ੁੱਧਤਾ ਦਾ ਚਿੰਨ੍ਹ ਹੈ ਤੇ ਲੋਹਾ ਹੈਗਾ ਬਚਾ ਦਾ ਚਿੰਨ੍ਹ ਚਿੰਨ੍ਹ ਨੂੰ ਸੂਚਕ ਲਿਖਿਆ ਵੀ ਆ ਸਕਦਾ ਹੈ ਲੋਹਾ ਬਚਾ ਦਾ ਚਿੰਨ੍ਹ ਹੈ ਤੇ ਪਾਣੀ ਸ਼ੁੱਧਤਾ ਦਾ ਅਗਨੀ ਚਾਨਣ ਦਾ ਪ੍ਰਤੀਕ ਹੈ ਸੂਚਕ ਜਾਂ ਚਿੰਨ ਠੀਕ ਹੈ ਤੇ ਅਨਾਜ ਹੈਗਾ ਚੜਾਵੇ ਦਾ ਤੇ ਦੁੱਬ ਹੈਗੇ ਚੰਗੇ ਸ਼ਗਨਾਂ ਦੀ ਦੁੱਬ ਚੰਗੇ ਸ਼ਗਨਾਂ ਦੀ ਸੂਚਕ ਹੈ ਤੇ ਰੋਹ ਰੀਤਾਂ ਕੀ ਹੁੰਦੀਆਂ ਰੋਹ ਰੀਤਾਂ ਹੁੰਦੀਆਂ ਨੇ ਰਸਮਾਰੀ ਬਾਸ ਰੋਹ ਰੀਤਾਂ ਕੀ ਹੁੰਦੀਆਂ ਨੇ ਰਸਮਾਰੀ ਬਾਸ ਤੇ ਵਿਰਖ ਦੀ ਜਿਹੜੀ ਟਾਹਣੀ ਆ ਉਹਨੂੰ ਵੀ ਚੰਗੇ ਸ਼ਗਨਾਂ ਦੀ ਹੀ ਸੂਚਕ ਮੰਨਿਆ ਜਾਂਦਾ ਇੱਕ ਦੁੱਬ ਤੇ ਇੱਕ ਵਿਰਖ ਦੀ ਟਾਹਣੀ ਹਰੀ ਟਾਹਣੀ ਠੀਕ ਹੈ ਤੇ ਬੱਚੇ ਦੇ ਜਨਮ ਤੋਂ ਬਾਅਦ ਕਿਹੜੀ ਰਸਮ ਹੁੰਦੀ ਹੈ ਗੁੜਤੀ ਤੇ ਗੁੜਤੀ ਦੇ ਵਿੱਚ ਇਕ ਤਾਂ ਮਿਸਰੀ ਮਿਸਰੀ ਦੀ ਡਲੀ ਜਿਹੜੀ ਖਲਾਈ ਜਾਂਦੀ ਹੈ ਤੇ ਇੱਕ ਜਿਹੜੇ ਕਿ ਕੱਲ੍ਹ ਵੀ ਕਟੈਸਟ ਪੇਪਰ 'ਚ ਰੋਂਗ ਹੋ ਗਿਆ ਸੀ ਕੁਐਸਚਨ ਉੱਥੇ ਪੇੜ ਜਾਂ ਬੱਕਰੀ ਦਾ ਦੁੱਧ ਆਊਗਾ ਪੇੜ ਜਾਂ ਬੱਕਰੀ ਦਾ ਦੁੱਧ ਗਾਂ ਦਾ ਦੁੱਧ ਨਹੀਂ ਚੋਣਨਾ ਕਿਉਂਕਿ ਆਪਾਂ ਨੂੰ ਵੈਸੇ ਹੀ ਲੱਗ ਜਾਣਾ ਕਿ ਗਾਂ ਦਾ ਦੁੱਧੇ ਹੋਗਾ ਪੇੜ ਜਾਂ ਬੱਕਰੀ ਦਾ ਦੁੱਧ ਅਕੋਰਡਿੰਗ ਟੂ ਚੈਪਟਰ ਹੈ ਤੇ ਇੱਕ ਚੈਪਟਰ ਦੇ ਉਹਦੇ ਵਿੱਚ ਮਾਡਲ ਟੈਸਟ ਪੇਪਰ 'ਚ ਹੋਰ ਕੁਐਸਚਨ ਸੀ ਕਹਾਣੀਕਾਰ ਦੀ ਪਤਨੀ ਰਿਕਸ਼ੇ ਵਾਲੇ ਨੂੰ ਤੱਕ ਕਿਤੇ ਪੈਸੇ ਤੋਂ ਘੱਟ ਪੈਸੇ ਦਿੱਤੇ ਸਨ ਠੀਕ ਜਾਂ ਗਲਤ ਤਾਂ ਇਹ ਗਲਤ ਆ ਕਿਉਂਕਿ ਉਹਨੇ ਪੈਸੇ ਤਾਂ 2 ਰੁਪਏ ਤੱਕ ਕਿਤੇ ਸੀ ਤਾਂ ਉਹ ਤੇ ਕਿ ਥੋੜੀ ਜੀ ਇੱਕ ਦਿਨ ਗੜਬੜ ਹੋ ਗਈ ਸੀ ਇਹਦੇ ਵਿੱਚ ਤਾਂ ਇਹਦੇ ਵਿੱਚ ਜਿਹੜੇ ਕਿ ਬਿੰਦੀ ਵਾਲਾ ਜਿਹੜਾ ਚਾਂਦਨੀ ਆਬਾਦ ਦੇ ਵਿੱਚ ਅਗਸਤ ਤੋਂ ਪਹਿਲਾਂ ਜਿਹੜੇ ਕਿ ਚਾਰ ਮਗ ਜਾਊਗਾ ਤੇ ਇੱਕ ਵਿਆਹ ਦੇ ਵਿੱਚ ਹੁੰਦਾ ਕਿ ਸਭ ਤੋਂ ਪਹਿਲੀ ਕਿਹੜੀ ਰਸਮ ਸ਼ੁਰੂ ਹੁੰਦੀ ਹੈ ਤਾਂ ਰੋਕਣ ਜਾਂ ਠਾਕਣ ਦੀ ਤੇ ਜਿਹੜੀ ਕੁੜੀ ਦੇ ਲਾਲ ਰੰਗ ਦੀ ਪ੍ਰਾਂਦੀ ਹੁੰਦੀ ਉਹ ਕਿਸ ਦਾ ਪ੍ਰਤੀਕ ਹੁੰਦੀ ਹੈ ਤਾਂ ਉਹਦੇ ਜਿਹੜੇ ਕਿ ਮੰਗਣੇ ਦੀ ਮੰਗਣੇ ਦੀ ਉਹ ਹੁੰਦੀ ਆ ਸੂਚਕ ਨਿਸ਼ਾਨੀ ਤੇ ਅਗਲਾ ਹੈ ਖਾਲਿਸਤਾਨ ਲੋਕ ਕਿੱਤੇ ਵਿੱਚ ਉਸ ਨੂੰ ਡੈਸ਼ ਮੰਨਿਆ ਜਾਂਦਾ ਜੋ ਆਪਣੇ ਕੰਮ ਦੇ ਵਿੱਚ ਅਨਪੂਰਨ ਅਤੇ ਕਾਰੀਗਰ ਹੁੰਦਾ ਤਾਂ ਉਸ ਨੂੰ ਕੀ ਮੰਨਿਆ ਜਾਂਦਾ 우ਸਤਾਦ ਉਹ ਹੁੰਦਾ 우ਸਤਾਦ ਤੇ ਇੱਥੇ ਭਰਿਆ ਜਾਊਗਾ 우ਸਤਾਦ ਬਾਕੀ ਪੇਪਰ ਨੂੰ ਕਿਵੇਂ ਅਡੈਂਪਟ ਕਰਨਾ ਆਪਾਂ ਵੀਡੀਓ ਅਪਲੋਡ ਕਰ ਦਿੱਤੀ ਗਈ ਹੈ ਉਹ ਬੇਸ਼ੱਕ ਵੀਡੀਓ ਲੰਬੀ ਹੈ ਪਰ ਉਹਦੇ ਵਿੱਚ ਸਾਰਾ ਕੁਝ ਕਲੀਅਰਟੀ ਨਾਲ ਸਮਝਾਇਆ ਹੈ ਕਿ ਕਿਵੇਂ ਤੁਸੀਂ ਪੇਪਰ ਅਡੈਂਪਟ ਕਰਨਾ ਕਿਵੇਂ ਕਿਵੇਂ ਤੁਸੀਂ ਕੁਐਸਚਨ ਅੱਗੇ ਪਿੱਛੇ ਕਰਨੇ ਨੇ ਜਾਂ ਨਹੀਂ ਕਰਨੇ ਸਾਰਾ ਕੁਝ ਉਹਦੇ ਵਿੱਚ ਹੈ ਸੋ ਉਹਨੂੰ ਜ਼ਰੂਰ ਵਾਚ ਕਰੋ ਕਿੰਨੇ ਨੰਬਰ ਦਾ ਕਿੰਨੇ ਪੇਜਾਂ ਦਾ ਸਾਰ ਕਰਨਾ ਕਿਵੇਂ ਕਰਨਾ ਤੇ ਲੋਕ ਕਿਤੇ ਲੋਕ ਲਾਮਾ ਇਹ ਹੈਗਾ ਕਿਰਪਾ ਸਿੰਘ ਕਜਗਦਾ ਸੀ ਅਗਲਾ ਆਪਣਾ ਕੁਐਸਚਨ ਪੰਜਾਬੀ ਜਵਾਨਾਂ ਦੀ ਮਨਪਸੰਦ ਖੇਡ ਕਿਹੜੀ ਆ ਤਾਂ ਇਹਦਾ ਹੋਊਗਾ ਪੰਜਾਬੀ ਜਵਾਨਾਂ ਦੀ ਜਿਹੜੀ ਕਿ ਮਨਪਸੰਦ ਖੇਡ ਹੈਗੀ ਇਹ ਹੈਗੀਆ ਸੌਂਚੀ ਪੱਕੀ ਸੌਂਚੀ ਪੱਕੀ ਸੌਂਚੀ ਪੱਕੀ ਪੰਜਾਬੀ ਜਵਾਨਾਂ ਦੀ ਮਨਪਸੰਦ ਖੇਡ ਹੈ ਤੇ ਇਹ ਹੀ ਖੇਡ ਹੈ ਜਿਹੜੇ ਕਿ ਬਾਕਸਿੰਗ ਨਾਲ ਮਿਲਦੀ ਜੁਲਦੀ ਆ ਇਹ ਵੀ ਯਾਦ ਰੱਖਣਾ ਕੁਸ਼ਲਣ ਕਿਉਂਕਿ ਜਿਵੇਂ ਤੁਹਾਨੂੰ ਕੱਲ ਟੈਸਟ ਪੇਪਰ 'ਚ ਇੱਕ ਟ्रू ਫਾਲਸ ਆਇਆ ਸੀ ਹਨਾ ਤਾਂ ਜਿਹੜੀ ਸੌਂਚੀ ਪੱਕੀ ਹੈ ਇਹ ਬਾਕਸਿੰਗ ਦੇ ਨਾਲ ਮਿਲਦੀ ਜੁਲਦੀ ਆ ਤੇ ਇਹ ਜਿਹੜੇ ਕਿ ਸੌਂਚੀ ਪੱਕੀ ਦੇ ਮੁਕਾਬਲੇ ਕਿਹੜੇ ਮੇਲੇ ਦੇ ਵਿੱਚ ਹੁੰਦੇ ਸੀ ਪਹਿਲਾਂ ਛਪਾਰ ਦੇ ਮੇਲੇ ਦੇ ਵਿੱਚ ਛਪਾਰ ਦੇ ਮੇਲੇ ਦੇ ਵਿੱਚ ਸੌਂਚੀ ਪੱਕੀ ਦੇ ਮੁਕਾਬਲੇ ਹੁੰਦੇ ਸੀ ਤੇ ਅਗਰ ਮੁੰਡੇ ਕੁੜੀਆਂ ਦੀ ਮੁੰਡੇ ਕੁੜੀਆਂ ਦੋਨਾਂ ਦੇ ਹਰਮਨ ਪਿਆਰੀ ਖੇਡ ਪੁੱਛੀ ਜਾਵੇ ਤਾਂ ਮੁੰਡੇ ਕੁੜੀਆਂ ਦੇ ਦੋਨਾਂ ਦੀ ਹਰਮਨ ਪਿਆਰੀ ਖੇਡ ਹੈਗੇ ਸ਼ੱਕਰ ਭੀਜੀ ਉਹ ਹੈਗੇ ਸ਼ੱਕਰ ਭੀਜੀ ਦ ਮੁੰਡੇ ਤੇ ਕੁੜੀਆਂ ਦੋਨਾਂ ਦੀ ਹੀ ਮਨਪਸੰਦ ਖੇਡ ਹੈਗੀ ਸ਼ੱਕਰਪੀਜੀ ਤੇ ਸ਼ੱਕਰਪੀਜੀ ਵੈਸੇ ਵੀ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਆ ਤੇ ਇਹਦੇ ਵਿੱਚ ਅਗਰ ਕੁਐਸਚਨ ਇਹੇ ਬਣੇ ਕਿ ਪੰਜਾਬੀ ਪੰਜਾਬੀਆਂ ਦੀ ਜਿਹੜੀ ਕਿ ਰਾਸ਼ਟਰੀ ਖੇਡ ਕਿਹੜੀ ਆ ਪੰਜਾਬੀਆਂ ਦੀ ਤਾਂ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈਗੀ ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈਗੀ ਕਬੱਡੀ ਤੇ ਪੰਜਾਬੀ ਜਵਾਨਾਂ ਦੀ ਮਨਪਸੰਦ ਮਨਪਸੰਦ ਖੇਡ ਉਹ ਰਾਸ਼ਟਰੀ ਐ ਤੇ ਮਨਪਸੰਦ ਆ ਤਾਂ ਸੌਂਚੀ ਪੱਕੀ ਤੇ ਇਸ ਚੈਪਟਰ ਦੇ ਵਿੱਚੋਂ ਹੋਰ ਕੁਐਸਚਨ ਆਪਣੇ ਬਣਦੇ ਨੇ ਜਿਵੇਂ ਟੋਲੀਆਂ ਬਣਾ ਕੇ ਕਿਹੜੇ-ਕਿਹੜੇ ਖੇਡਾਂ ਖੇਡੇ ਜਾਂਦੇ ਨੇ ਸ਼ੱਕਰਪੀਜੀ ਕੁੰਕਾ ਕਾਂਗੜੇ ਤੇ ਇੱਕ ਜਿਹੜਾ ਉਹ ਅਖੌਤ ਪੂਰੀ ਕਰਨ ਵਾਲੀ ਹੈ ਜਿਵੇਂ ਇਹਦੇ ਵਿੱਚ ਲਾਈਨਾਂ 17 ਪੂਰੀਆਂ ਕਰਨ ਨੂੰ ਕੁਕੜ ਦੁਕੜ ਮੰਬਾ ਬੋਸੀ 90 ਪੂਰਾ 100 ਠੀਕ ਹੈ ਇਹਨੂੰ ਵੀ ਇਹ ਕਦੋਂ ਗਾਇਆ ਜਾਂਦਾ ਖੋਟੇ ਦੀ ਖਟਿਆਈ ਬੇਬੇ ਦੌੜੀ ਦੌੜੀ ਆਈ ਇਹ ਕਦੋਂ ਗਾਇਆ ਜਾਂਦਾ ਜਦੋਂ ਕੋਈ ਆੜੀ ਮਲਕਣੀ ਹੋਵੇ ਜਾਂ ਆੜੀ ਚੁੰਨੀ ਹੋਵੇ ਜਦੋਂ ਗਾਇਆ ਜਾਂਦਾ ਇਹ ਤੇ ਇੱਕ ਇਹਨਾਂ ਦੇ ਵਿੱਚੋਂ ਇੰਪੋਰਟੈਂਟ ਕੁਸਚਨ ਹੁੰਦਾ ਕਿ ਸਿਆਲ ਰੁੱਤ ਦੀ ਖੇਡ ਕਿਹੜੀ ਹੈ ਸਿਆਲ ਰੁੱਤ ਦੀ ਹੈਗੇ ਬਾਂਦਰ ਕਿਲਾ ਤੇ ਬਜ਼ੁਰਗਾਂ ਦੇ ਖੇਡਣ ਕਿਹੜੇ-ਕਿਹੜੇ ਖੇਡਣ ਜਿਵੇਂ 12 ਟਾਣੀ ਚੋਪੜ ਤੇ ਇਹਦੇ ਵਿੱਚੋਂ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਤੇ ਜਿਹੜੇ ਗਰਮ ਰੁੱਤ ਦੀ ਵਿੱਚ ਸਿਆਲ ਰੁੱਤ ਦੀ ਤਾਂ ਆਪਾਂ ਨੂੰ ਪਤਾ ਹੀ ਹੈ ਹਨਾ ਤੁਸੀਂ ਬਹੁਤ ਯਾਦ ਰਹਿੰਦਾ ਹੈ ਬਾਂਦਰ ਕਿਲਾ ਤੇ ਅਗਰ ਗਰਮੀਆਂ ਦੀ ਰੁੱਤ ਦੀ ਆ ਜਾਏ ਖੇਡ ਗਰਮੀਆਂ ਦੀ ਰੁੱਤ ਗਰਮੀਆਂ ਦੀ ਰੁੱਤ ਦੁਪਹਿਰ ਸਮੇਂ ਦ ਗਰਮੀਆਂ ਦੀ ਰੁੱਤ ਦੇ ਵਿੱਚ ਦੁਪਹਿਰ ਸਮੇਂ ਕਿਹੜੀ ਖੇਡ ਖੇਡੀ ਜਾਂਦੀ ਸੀ ਤਾਂ ਡੰਡਾ ਡੁੱਕ ਡੰਡਾ ਡੁੱਕ ਨੂੰ ਹੀ ਡੰਡ ਪਲਾਂਗਲਾ ਬੋਲਦੇ ਨੇ ਤੇ ਪੀਨ ਪਲਿੰਗੜ ਕਹਿੰਦੇ ਨੇ ਹਾਂਜੀ ਇਹਦੇ ਨਾਮ ਲਿਖਤੇ ਗਰਮੀਆਂ ਰੁੱਤ ਦੇ ਖੇਡ ਹੈ ਡੰਡਾ ਡੰਡਾ ਡੁੱਕ ਡੰਡਾ ਡੁੱਕ ਦੇ ਨਾਲ ਡੰਡ ਪਲਾਂਗਲਾ ਤੇ ਪੀਲ ਪਲਿੰਗੜ ਪਲਿੰਗੜ ਕਹਿੰਦੇ ਨੇ ਇਹਨੂੰ ਅਗਲਾ ਹੈਗਾ ਆਪਣਾ ਨਵੀਂ ਪੀੜ੍ਹੀ ਕਿਹੜੇ ਸਾਧਨਾਂ ਦੇ ਖੁੱਲ ਕੇ ਵਰਤੋਂ ਕਰ ਰਹੀ ਹੈ ਤਾਂ ਸੰਚਾਰ ਦੇ ਸਾਧਨਾਂ ਦੀ ਸੰਚਾਰ ਦੇ ਸਾਧਨਾਂ ਦੀ ਪੰਜਾਬੀ ਸੱਭਿਆਚਾਰ ਪਰਿਵਰਤਨ ਦੇ ਚੈਪਟਰ ਦੇ ਵਿੱਚੋਂ ਆ ਜਿਹੜਾ ਹੈਗਾ ਆਪਣਾ ਡਾクター ਜਿੰਦਰਪਾਲ ਸਿੰਘ ਬਰਾੜ ਦੇ ਵਿੱਚੋਂ ਇਹਨਾਂ ਦਾ ਚੈਪਟਰ ਲਿਖਿਆ ਹੋਇਆ ਅੱਗੇ ਹੈ ਤਾਜ ਮਹਿਲ ਕਪਤਾ ਦਾ ਕਵੀ ਕੌਣ ਹੈ ਦਾ ਤਾਜ ਮਹਿਲ ਕਪਤਾ ਦਾ ਕਵੀ ਪ੍ਰੋਫੈਸਰ ਮੋਹਨ ਸਿੰਘ ਤਾਜ ਮਹਿਲ ਕਪਤਾ ਇਹ ਵੈਸੇ ਵੀ ਬਹੁਤ ਇੰਪੋਰਟੈਂਟ ਕਪਤਾ ਹੈ ਤਾਜ ਮਹਿਲ ਵਾਰਿਸਾ ਬਚਪਨ ਤੇ ਦੋਸਤਾਂ ਦਾ ਕਪਤਾ ਤੇ ਵਗਦੇ ਪਾਣੀ ਇਹ ਮੋਸਟ ਇੰਪੋਰਟੈਂਟ ਨੇ ਪੁਰਾਣੇ ਪੰਜਾਬ ਨੂੰ ਵਾਜਾਂ ਤਾਂ ਇਹ ਜਿਹੜੇ ਕਿ ਤਾਜ ਮਹਿਲ ਕਪਤਾ ਦਾ ਕਵੀ ਹੈਗਾ ਪ੍ਰੋਫੈਸਰ ਮੋਹਨ ਸਿੰਘ ਤੇ ਨੀਲੀ ਕਹਾਣੀ ਵਿੱਚ ਇੱਕ ਤਾਜ ਮਹਿਲ ਹੈ ਜਿਹੜੇ ਕਿ ਕਿੱਥੇ ਆ? ਆਗਰਾ ਦੇ ਵਿੱਚ ਜਮਨਾ ਦੇ ਕੰਢੇ ਤੇ ਤਾਜ ਮਹਿਲ ਕਪਤਾ ਦੇ ਵਿੱਚ ਇੱਕ ਕੁਐਸਚਨ ਹੈ ਕਿਨੇ ਬਣਾਇਆ ਸੀ ਇਹ ਸ਼ਾਹ ਜਹਾਨ ਨੇ ਬਣਾਇਆ ਸੀ ਤੇ ਇਸ ਦੇ ਵਿੱਚ ਕਵੀ ਦੇ ਹਮਦਰ ਦੀ ਕਿਹਦੇ ਵਾਲਾ ਸ਼ੋਸ਼ੀਤ ਧੀਰਵਲ ਬਹੁਤ ਰਿਪੀਟਡ ਕੁਐਸਚਨ ਹੈ ਸ਼ੋਸ਼ੀਤ ਧੀਰਵਲ ਤੇ ਤਾਜ ਮਹਿਲ ਕਪਤਾ ਦੇ ਵਿੱਚ ਜਿਹੜਾ ਉਹ ਨੂੰ ਪ੍ਰਕਿਰਤੀ ਦੇ ਆਲੇ ਦੁਆਲੇ ਨਾਲ ਜੋੜ ਕੇ ਉਹਦੇ ਵਿੱਚ ਕੀ ਦਿਖਾਇਆ ਗਿਆ ਰੋਮਾਂਟਿਕ ਰੋਮਾਂਟਿਕ ਰੂਪ ਦਿਖਾਇਆ ਗਿਆ ਅਗਲਾ ਹੈ ਨੀਲੀ ਕਹਾਣੀ ਵਿੱਚ ਮੈਂ ਪਾਤਰ ਕੌਣਾ ਤੇ ਨੀਲੀ ਕਹਾਣੀ ਵਿੱਚ ਮੈਂ ਪਾਤਰ ਹੈਗਾ ਕਹਾਣੀਕਾਰ ਮੈਂ ਪਾਤਰ ਜ਼ਿਆਦਾਤਰ ਕਹਾਣੀਕਾਰ ਹੀ ਹੁੰਦਾ ਹੈ ਮੈਂ ਪਾਤਰ ਕਹਾਣੀਕਾਰ ਜਾਂ ਲੇਖਕ ਇਹਦੇ ਵਿੱਚ ਨੀਲੀ ਗਾਂ ਵਾਰਿਆ ਤੇ ਇਹਦੇ ਵਿੱਚ ਗਵਾਲਾ ਜਿਹੜਾ ਵਪਾਰਕ ਰੂਚੀ ਵਾਲਾ ਸੀ ਤੇ ਨੀਲੀ ਕਹਾਣੀ ਕਿਸ ਦੀ ਲਿਖੀ ਹੋਈ ਹੈ ਨੀਲੀ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਹੈ ਅਗਲਾ ਖੋਤ ਪੂਰੀ ਕਰਨੀ ਆ ਡੈਸ਼ ਡੈਸ਼ ਘੁੰਮਰ ਘੁੰਮਰ ਫਿਰੇ ਮਧਾਨੀ ਤੇ ਇਹਦੇ ਵਿੱਚ ਆਊਗਾ ਸੇਰ ਦੁੱਧ ਤੇ 20 ਸੇਰ ਪਾਣੀ ਘੁੰਮਰ ਘੁੰਮਰ ਫਿਰੇ ਮਧਾਨੀ ਅਗਲੀ ਖੋਤ ਪੂਰੀ ਕਰਨੀ ਆ ਤੂੰ ਮੇਰਾ ਮੁੰਡਾ ਖੜਾ ਮੈਂ ਤੇਰੀ ਖੀਰ ਖਾਨੀ ਆ ਤੇਰਾ ਆ ਗਿਆ ਮੈਂ ਤੇਰੀ ਖੀਰ ਖਾਨੀ ਆ ਜਦੋਂ ਇਹ ਕਦੋਂ ਵਰਤੀ ਜਾਂਦੇ ਖੋਤ ਜਦੋਂ ਕੋਈ ਕਿਸੇ ਤੋਂ ਕੰਮ ਵੀ ਕੰਮ ਵੀ ਲਵੇ ਤੇ ਉਲਟਾ ਉਸਦੇ ਨੁਕਸਾਨ ਕਰੇ ਵੀ ਜਦੋਂ ਆਪਾਂ ਕਿਸੇ ਤੋਂ ਹੀ ਕੰਮ ਕਰਵਾਈਏ ਤੇ ਉਹ ਉਲਟਾ ਹੀ ਉਹਦਾ ਹੀ ਆਪਾਂ ਨੁਕਸਾਨ ਕਰ ਦਈਏ ਭਾਵੇਂ ਕਿ ਆਪਾਂ ਆਪਣਾ ਮਤਲਬ ਕੱਢਣ ਲਈ ਕਿਸੇ ਤੋਂ ਵੀ ਕੰਮ ਲੈ ਲਈਏ ਤੇ ਉਲਟਾ ਫਿਰ ਉਹਦੇ ਨੁਕਸਾਨ ਕਰ ਦਈਏ ਅੱਗੇ ਇਹ ਪਹਿਲਾਂ ਹੁੰਦੇ ਹੁੰਦੇ ਸੀ 10 ਕੁਐਸਚਨ ਹੁਣ 20 ਕੁਐਸਚਨਸ ਨੇ 2-2 ਮਾਰਕਸ ਦੇ ਪਹਿਲਾਂ ਸੀ ਕੀ ਅੰਕਾਂ ਦੇ ਹੁਣ ਅੱਗੇ ਪ੍ਰਸ਼ਨ ਉੱਤਰ ਤੁਸੀਂ ਦੇਖ ਸਕਦੇ ਹੋ ਚੈਪਟਰਾਂ ਚੋਂ ਕਿਹੜੇ-ਕਿਹੜੇ ਇੰਪੋਰਟੈਂਟ ਆਏ ਹੋਏ ਨੇ ਠੀਕ ਹੈ ਤੇ ਤੁਹਾਡੇ ਜਿਹੜੇ ਕਿ ਕੁਐਸਚਨ ਆਨਸਰ ਹੋਣਗੇ 5-5 ਚੋਂ ਤੁਸੀਂ ਕੋਈ ਦੋ ਕਰਨੇ ਹੋਣਗੇ ਤੇ ਪਹਿਲਾਂ ਇਹ 4 ਅੰਕਾਂ ਦੇ ਹੁੰਦੇ ਸੀ ਹੁਣ ਤਾਂ ਇਹ 3 ਅੰਕਾਂ ਦੇ ਹੀ ਨੇ ਓਕੇ ਤਾਂ ਬਟ ਇਹਦੇ ਵਿੱਚ ਤੁਹਾਨੂੰ ਇੰਪੋਰਟੈਂਟ ਕੁਐਸਚਨ ਪਤਾ ਲੱਗ ਜਾਣਗੇ ਕਿ ਕਿਹੜੇ-ਕਿਹੜੇ ਨੇ ਅ ਪ੍ਰੀਵਿਅਸ ਐਗਜ਼ਾਮ ਦੇ ਵਿੱਚ ਆਏ ਹੋਏ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੀਵੀਅਸ ਇਗਜ਼ਾਮ ਹੈ ਇਹ ਸਲਾਨਾ ਪ੍ਰੀਖਿਆ ਤੇ ਉਸ ਤੋਂ ਅੱਗੇ ਪੱਤਰ ਦੇਖ ਸਕਦਾ ਤੁਸੀਂ ਕਿਹੜੀ ਸੀ ਇੰਪੋਰਟੈਂਟ ਦੋ ਪੰਜਾਂ ਵਾਣਾ ਦੀ ਹੁੰਦੀ ਦਿਨੋ ਦਿਨ ਮੰਗ ਵਧ ਰਹੀ ਹੈ ਤੇ ਯੂਨੀਫਾਰਮ ਖਰੀਦਣ ਵਾਲੀ ਤੇ ਉਸ ਤੋਂ ਅੱਗੇ ਹੈ ਆਪਣਾ ਪੈਰਾ ਰਚਨਾ ਦਾ ਇਹਦਾ ਸੰਖੇਪ ਕਰਨਾ 1/3 ਕਰਨਾ ਇਹਨੂੰ 1/3 ਕਰਨਾ ਪੈਰਾ ਰਚਨਾ ਨੂੰ ਤੇ ਨਾਲ ਦੀ ਨਾਲ ਆ ਇਹਦਾ ਜਿਹੜਾ ਸਰਲੇਖ ਹੈਗਾ ਇਹਨੂੰ ਜਦੋਂ ਪੜੋਗੇ ਪਤਾ ਲੱਗ ਜੂਗਾ ਇਹਦਾ ਸਰਲੇਖ ਹੈ ਤੰਦਰੁਸਤੀ ਅਗਰ ਤੁਹਾਨੂੰ ਇਹ ਨਹੀਂ ਕੱਢਣਾ ਹੁੰਦਾ ਤੇ ਇੱਕ ਵੀਡੀਓ 8 ਕੁ ਮਿੰਟਾਂ ਦੀ ਵੀਡੀਓ ਬਤਵਾ ਦੱਸਦੀ ਹੋਣੀ ਹੋ ਉਹਦੇ ਵਿੱਚ ਸਾਰੇ ਸਰਲੇਖ ਦਿੱਤੇ ਹੋਏ ਨੇ ਤੁਸੀਂ ਉਹ ਆਪਣੇ ਬੁੱਕ ਤੇ ਜਿਹੜੇ ਕਿ ਲਿਖ ਕੇ ਫਿਰ ਤੁਸੀਂ ਆਪਣਾ ਦੇਖ ਲਓ ਨਾ ਦਾ ਟਾਈਟਲ ਤੇ ਇਸ ਦੇ ਵਿੱਚ 1/3 ਕਰਨਾ ਇਹਨੂੰ ਜਿਵੇਂ ਕੀ ਇਹਦੇ ਵਿੱਚ 10 ਲਾਈਨਾਂ ਨੇ ਤੁਸੀਂ ਇਹ ਚਾਰ ਲਾਈਨਾਂ ਦੇ ਵਿੱਚ ਸਮੈਪ ਕਰ ਦੇਣੇ ਇਹਨੂੰ ਚਾਰ ਲਾਈਨਾਂ ਦੇ ਵਿੱਚ ਉੱਪਰੋਂ ਲਾਈਨਾਂ ਅਗਰ ਨਹੀਂ ਆਉਂਦਾ ਐਵੇਂ ਕਰਨਾ ਉੱਪਰੋਂ ਲਾਈਨਾਂ ਤੇ ਵਿੱਚੋਂ ਤੇ ਐਂਡ 'ਚੋਂ ਵੈਸੇ ਤੇ ਇਹਨੂੰ ਪੂਰੇ ਸ਼ਬਦ ਦੇ ਗਿਣ ਕੇ ਜਿਵੇਂ ਸਰੀਰ ਇੱਕ ਹੋ ਗਿਆ ਮਨ ਇੱਕ ਦੋ ਹੋ ਗਿਆ ਦ ਤਿੰਨ ਹੋ ਗਿਆ ਘੋੜਾ ਚਾਰ ਹੋ ਗਿਆ ਪੰਜ ਹਾ ਹੋ ਗਿਆ ਐਵੇਂ ਸਾਰੇ ਸ਼ਬਦਾਂ ਦੀ ਗਿਣਤੀ ਕਰਕੇ ਉਹਨੂੰ ਤਿੰਨ ਨਾਲ ਡਿਵਾਈਡ ਕਰਕੇ ਫੇਰ ਕਰਨਾ ਹੁੰਦਾ ਹੈ ਸ਼ਬਦ ਕੋਸ਼ ਤਰਤੀਬ ਇਹਨਾਂ ਦੇ ਅੰਤਰੀ ਕਰਾਂਗੇ ਸਮਝਾਉਣਾ ਨਹੀਂ ਕਿਉਂਕਿ ਬਹੁਤ ਵਾਰ ਸਮਝਾ ਚੁੱਕੇ ਹਾਂ ਅਸੀਂ ਤੇ ਤੁਸੀਂ ਉਹਨਾਂ ਚ ਦੇਖ ਸਕਦੇ ਹੋ ਅਗਰ ਤੁਸੀਂ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਚੈਨਲ ਤੇ ਤੁਸੀਂ ਪ੍ਰੀਵੀਅਸ ਜਿਹੜੇ ਆਪਾਂ ਵੀਡੀਓਸ ਆਪ ਅਪਲੋਡ ਕਰ ਚੁੱਕੇ ਉਹਨਾਂ ਦੇ ਵਿੱਚ ਕਿਵੇਂ ਸਮਝਾਇਆ ਹੋ ਤੁਸੀਂ ਉਹਨਾਂ ਨੂੰ ਜ਼ਰੂਰ ਵਾਚ ਕਰ ਲੈਣਾ ਇੱਥੇ ਡਾਇਰੈਕਟ ਆਨਸਰ ਨੇ ਤਾਂ ਇਹਨਾਂ ਦੇ ਆਨਸਰ ਬਣ ਗਏ ਫਸਟ ਦੇ ਵਿੱਚ ਚੱਚੇ ਦੇ ਵਿੱਚ ਉੜਿਆੜ ਦੇ ਵਿੱਚ ਆਪਾਂ ਨੇ ਦੇਖਿਆ ਕਿ ਕਿਹੜਾ ਉੜਿਆੜ ਦੇ ਵਿੱਚ ਪਹਿਲਾਂ ਆ ਰਿਹਾ ਚਿਰਾਗ ਦੈਨ ਆਪਣੇ ਕੋਲ ਬੱਬੇ ਦੇ ਦੋਸ ਸੀ ਚੱਚੇ ਤੋਂ ਬਾਅਦ ਬੱਬਾ ਆਉਂਦਾ ਇਹਨਾਂ ਦਾ ਇਸ ਤਰੀ ਤਰਤੀਬ ਦੇ ਅਕੋਰਡਿੰਗ ਇਹਦੇ ਵਿੱਚ ਚੱਚੇ ਤੋਂ ਬਾਅਦ ਜਿਹੜਾ ਕਿ ਬੱਬੇ ਦਾ ਅੱਖਰ ਦਿੱਤਾ ਹੋਇਆ ਤਾਂ ਆਪਾਂ ਬੱਬਾ ਲਿਖ ਲਿਆ ਤਾਂ ਨੂੰ ਕਹਿ ਨਹੀਂ ਬਾਰ-ਬਾਰ ਊੜਾ ੜਾ ਲਿਖ ਲੈਣਾ ਉੱਥੇ ਊੜਾ ੜਾ ਲਿਖਣ ਤੋਂ ਬਾਅਦ ਫਿਰ ਤੁਸੀਂ ਚੰਗੇ ਤਰੀਕੇ ਨਾਲ ਕਰ ਪਾਉਗੇ ਤੇ ਮਾਤਰਾਵਾਂ ਵਾਲੀਆਂ ਲੈਣੀਆਂ ਨੇ ਫਿਰ ਬੱਬੇ ਦੇ ਵਿੱਚ ਦੋ ਸੀ ਇੱਕ ਦੋਨੋਂ ਹੀ ਮੁਕਤੇ ਤੋਂ ਸਟਾਰਟ ਹੋਏ ਸੀ ਤਾਂ ਆਪਾਂ ਦੂਜਾ ਅੱਖਰ ਦੇਖਿਆ ਦੂਜੇ ਦੇ ਵਿੱਚ ਸਸਤਾ ਪਹਿਲਾਂ ਹੁੰਦਾ ਖਖੇ ਤੋਂ 댓 ਇਜ਼ ਵੇ ਆਪਾਂ ਨੇ ਸਸਤਾ ਪਹਿਲਾਂ ਲਿਖ ਲਿਆ ਫਿਰ ਬੱਬੇ ਦੇ ਦੋ ਸੀ ਬੱਬੇ ਦੇ ਵਿੱਚ ਪਹਿਲਾਂ ਮੁਕਤਾ ਆਊਗਾ ਫਿਰ ਸਿਹਾਰੀ ਵਾਲਾ ਆਊਗਾ ਥੈਨ ਹੁਣ ਇੱਧਰ ਵਾਲੀ ਚੋਂ ਦੋਨਾਂ ਚੋਂ ਇੱਕ ਕਰਨੀ ਹੋਊਗੀ ਇਹਦੇ ਵਿੱਚ ਊੜ ਅਡ ਅਕੋਰਡਿੰਗ ਪਹਿਲਾਂ ਆਪਾਂ ਨੇ ਲਿਖ ਲਿਆ 1 2 3 ਕਿਹੜੇ ਕਿਹੜੇ ਆਉਣਗੇ ਤਾਂ ਪਹਿਲ ਚ ਗੱਗਾ ਆ ਰਿਹਾ ਫਿਰ ਗੱਗੇ ਤੋਂ ਬਾਅਦ ਦੇ ਵਿੱਚ ਆਪਣੇ ਕੋਲ ਜੱਜੇ ਦੇ ਦੋ ਨੇ ਤਾਂ ਇੱਕ ਦੇ ਜੱਜੇ ਨਾਲ ਅਧਕ ਲੱਗਿਆ ਹੋਇਆ ਮੀਨਸ ਲਗਾ ਖਰਾਓ ਇੱਕ ਜੱਜੇ ਨਾਲ ਸਿਹਾਰੀ ਆ ਤਾਂ ਪਹਿਲ ਚ ਆਪਾਂ ਮਾਤਰਾਵਾਂ ਵਾਲਾ ਲਾਵਾਂਗੇ ਸਿਹਾਰੀ ਵਿਹਾਰੀ ਵਾਲ ਆਪਾਂ ਪਹਿਲਾਂ ਦੇਖਾਂਗੇ ਕਿਉਂਕਿ ਇਹਦੇ ਵਿੱਚ ਕੰਨਾ ਮੁਕਤ ਸਿਹਾਰੀ ਵਿਹਾਰੀ ਔਂਕੜ ਢੌਂਕੜ ਲਾਵਾਂਦ ਲਾਵਾਂ ਹੋੜਾ ਖਣੋੜਾ ਇਹ ਪਹਿਲਾਂ ਦੇਖਾਂਗੇ ਬਾਅਦ ਦੇ ਵਿੱਚ ਬਿੰਦੀ ਟਿੱਪੀ ਅਧਕ ਵਾਲ ਆਉਂਦਾ ਤਾਂ ਜਦੋਂ ਜਿੱਦ ਆਪਣਾ ਬਾਅਦ ਚ ਚਲਾ ਗਿਆ ਤਾਂ ਪਹਿਲ ਚ ਜੱਜ ਦਲੋਂਕੜ ਸੀ ਬਟ ਆਪਣੇ ਫਿਰ ਦੂਜਾ ਅੱਖਰ ਦੇਖਿਆ ਛਛਾ ਪਹਿਲਾਂ ਆਉਂਦਾ ਜਜੇ ਤੋਂ ਚੱਚਾ ਛਛਾ ਜਜਾ ਤਾਂ ਛਛਾ ਪਹਿਲਾਂ ਆਉਂਦਾ ਤਾਂ ਕਰਕੇ ਪੁੱਛ ਰ ਪਹਿਲਾਂਗੇ ਫਿਰ ਪੁੱਛ ਨਿਕ ਆ ਗਿਆ ਅੱਗੇ ਤਿੰਨ ਕਰਨੇ ਹੋਣਗੇ ਹੁਣ ਵੀ ਤੁਹਾਨੂੰ ਤਿੰਨੇ ਹੋਣਗੇ ਕਰਨ ਪੰਜਾਂ ਚੋਂ ਜਦ ਵਿਪਤਾ ਪੈਦਾ ਤੇ ਧੀਰਜ ਰੱਖੋ ਇਹਨੂੰ ਸਧਾਰਨ ਬਣਾਉਣਾ ਇਹ ਤੁਹਾਨੂੰ ਦੱਸਿਆ ਵਾਰ-ਵਾਰ ਕਿ ਉਲਟਾ ਕਰਕੇ ਵੀ ਆ ਸਕਦਾ ਤਾਂ ਇਹਦੇ ਵਿੱਚ ਹੋਊਗਾ ਵਿਪਤਾ ਸਮੇਂ ਧੀਰਜ ਰੱਖੋ ਬਜ਼ੁਰਗਾਂ ਦੀ ਸੇਵਾ ਕਰੋ ਕਰੋ ਤੇ ਉਹਨਾਂ ਦੇ ਅਸੀਸਾਂ ਲਵੋ ਮਿਸ਼ਰਤ ਵਾਕ ਬਣਾਉਣਾ ਇਹਦਾ ਬਣ ਜੂਗਾ ਜੇ ਤੁਸੀਂ ਬਜ਼ੁਰਗਾਂ ਦੀ ਸੇਵਾ ਕਰੋਗੇ ਤਾਂ ਉਹ ਤੁਹਾਨੂੰ ਅਸੀਸਾਂ ਦੇਣਗੇ ਅਨਸਰ ਤੁਸੀਂ ਦੋਨੋਂ ਦੇ ਅਨਸਰ ਕਰ ਦੇਖ ਸਕਦੇ ਹੋ ਪਹਿਲੇ ਦਾ ਅਨਸਰ ਊੜੇਗਾ ਤੇ ਇਹ ਵਾਲੇ ਦਾ ਅਨਸਰ ਉਸ ਤੋਂ ਬਾਅਦ ਈੜੀ ਆਪਾਂ ਦੇਖਦੇ ਹਾਂ ਈੜੀ ਦੇ ਵਿੱਚ ਫੁੱਲ ਬਹੁਤ ਸੁੰਦਰ ਹੈ ਤੇ ਇਹਨੂੰ ਵਿਸਮਿਕ ਵਾਕ ਬਣਾਉਣਾ ਤਾਂ ਵਿਸਮਿਕ ਵਿੱਚ ਬਣਾਵਾਂਗੇ ਕਿੰਨਾ ਸੁੰਦਰ ਫੁੱਲ ਹੈ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਘੰਟੀ ਵੱਜ ਗਈ ਇਹਨੂੰ ਸੰਜੁਕਤ ਬਣਾਵਾਂਗੇ ਤਾਂ ਆਪਾਂ ਲਿਖਾਂਗੇ ਮੈਂ ਸਕੂਲ ਪਹੁੰਚਿਆ ਤੇ ਘੰਟੀ ਵੱਜ ਗਈ ਜਾਂ ਅਤੇ ਘੰਟੀ ਵੱਜ ਗਈ ਅਨਸਰ ਦੇਖ ਸਕਦੇ ਹੋ ਈੜੀ ਦਾ ਆ ਰਿਹਾ ਤੇ ਸੱਸੇ ਦਾ ਆ ਤੇ ਪਿੱਛੇ ਵਿਸਮਿਕ ਚ ਜਰੂਰ ਤੁਸੀਂ ਲਿਖਣਾ ਅੱਗੇ ਸੁਧਾਰਨ ਬਣਾਉਣਾ ਆਹਾ ਮੇਰੀ ਨੌਕਰੀ ਲੱਗੀ ਤਾਂ ਇਹਦੇ ਵਿੱਚ ਆ ਜਾਊਗਾ ਮੈਨੂੰ ਆਪਣੀ ਨੌਕਰੀ ਤੇ ਲੱਗ ਜਾਂਦੀ ਖੁਸ਼ੀ ਹੈ ਤਾਂ ਆਹਾ ਦਾ ਵੀ ਇਸ ਮਿੱਕੀ ਬਣ ਗਿਆ ਮੈਨੂੰ ਆਪਣੀ ਨੌਕਰੀ ਤੇ ਲੱਗ ਜਾਂਦੀ ਖੁਸ਼ੀ ਹੈ ਤਾਂ ਵਾਹ ਜਦੋਂ ਆਪਾਂ ਵਰਡ ਯੂਜ਼ ਕਰਦੇ ਨੇ ਕਿੰਨਾ ਤੇ ਅਫਸੋਸ ਲਈ ਆਪਾਂ ਜਿਹੜਾ ਕਿ ਯੂਜ਼ ਕਰਦਣੇ ਹੁੰਦੇ ਆ ਦੁੱਖ ਦੀ ਗੱਲ ਹੈ ਤੇ ਖੁਸ਼ੀ ਲਈ ਜੇ ਆਪਾਂ ਕੁਝ ਕਹਿਣਾ ਹੋਵੇ ਕਿ ਮੈਂ ਇਹ ਹੁੰਦਾ ਇਹ ਹੁੰਦਾ ਆਕਾਸ਼ ਲਈ ਤਾਂ ਆਪਾਂ ਨੂੰ ਜਦੋਂ ਸੁਧਾਰਨ ਬਣਾਵਾਂਗੇ ਤਾਂ ਹੋਰ ਲਿਖ ਦਾਂਗੇ ਕਿ ਮੇਰੀ ਇੱਛਾ ਹੈ ਕਿ ਜੇ ਮੇਰੀ ਇੱਛਾ ਨੂੰ ਪਾਣੀ ਫਿਰ ਇਸ ਵਿੱਚ ਮਿਕਸ ਜਣਾਉਣਾ ਉਹ ਤਾਂ ਹੁਣ ਕਾਸਟ ਬੋਰਡ ਯੂਜ਼ ਹੋ ਜਾਊਗਾ ਅੱਗੇ ਤੁਸੀਂ ਖੋਤਾ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਇੰਪੋਰਟੈਂਟ ਸੀ ਪਹਿਲਾਂ ਵੀ ਇਹ 2 ਮਾਰਕਸ ਸੀ ਹੁਣ ਵੀ ਨੇ 2 ਤੇ ਹੁਣ ਇਹ ਤੁਸੀਂ ਤਿੰਨ ਕਰਨੇ ਨੇ ਪਹਿਲਾਂ ਹੁੰਦੇ ਸੀ ਚਾਰ ਕਰਨੀਆਂ ਹੁਣ 3 ਨੇ 3 ਕਰਨੀਆਂ ਤੁਸੀਂ ਦੇਖ ਸਕਦੇ ਹੋ ਕਿਹੜੇ-ਕਿਹੜੇ ਇੰਪੋਰਟੈਂਟ ਨੇ ਠੀਕ ਹੈ ਇਹਨਾਂ ਨੂੰ ਤੁਸੀਂ ਆਪਣੇ ਯਾਦ ਕਰ ਸਕਦੇ ਹੋ ਅੱਗੇ ਕਵਤਾ ਕਵਤਾ ਦਾ ਕੇਂਦਰੀ ਭਾਵ ਲਿਖਣਾ ਤੇ ਕਹਾਣੀ ਦਾ ਸਾਰ ਤੇ ਕਹਾਣੀ ਦਾ ਸਾਰ ਹੁਣ ਤੁਹਾਡਾ 2.5 ਤੋਂ 3 ਪੇਜ ਤੱਕ ਹੋ ਸਕਦਾ ਮਤਲਬ ਕਿ ਦੋ ਦਾ ਤਾਂ ਕਰਨਾ ਹੀ ਕਰਨਾ ਦੋ 2.5 ਦਾ ਤਾਂ ਕਰਨਾ ਹੀ ਕਰਨਾ ਤੁਸੀਂ ਦੋ 2.5 ਤੋਂ ਤਿੰਨ ਤੱਕ ਵੀ ਲੈ ਕੇ ਜਾ ਸਕਦੇ ਹੋ ਤੇ ਜਿਹੜੇ ਹੈਗਾ ਤੁਹਾਡਾ ਪੱਤਰ ਪੱਤਰ ਤੁਸੀਂ ਇੱਕ ਤਾਂ ਇੱਕ ਪੇਜ ਤੇ ਤਾਂ ਕਰਨਾ ਹੀ ਕਰਨਾ ਇੱਕ ਤੋਂ ਡੇਢ ਡੇਢ ਤੋਂ ਦੋ ਤੱਕ ਹੋ ਸਕਦਾ ਠੀਕ ਹੈ ਡੇਢ ਤੋਂ ਦੋ ਸੱਕ ਹੋ ਸਕਦਾ ਬਟ ਇੱਕ ਪੇਜ ਦਾ ਤਾਂ ਘੱਟੋ ਘੱਟ ਕਰਨਾ ਹੀ ਕਰਨਾ ਪਤਾ ਥੈਂਕਸ